ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਵੇਖਿਆ 2017 ਦਾ ਗਣਿਤ ਦਾ ਪੋਰਸ਼ਨ ਹੱਲ ਕਰਦੇ ਪਏ ਆਪਾਂ 51 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਬੇਟਾ ਆਪਾਂ ਪੜਾਂਗੇ ਕਹਿੰਦਾ ਇੱਕ ਪ੍ਰੀਖਿਆ ਵਿੱਚ ਇੱਕ ਵਿਦਿਆਰਥੀ A ਵਿਦਿਆਰਥੀ B ਨਾਲੋਂ 8 ਅੰਕ ਘੱਟ ਪ੍ਰਾਪਤ ਕਰਦਾ ਪਿਆ ਜਦੋਂ ਕਿ ਵਿਦਿਆਰਥੀ C ਵਿਦਿਆਰਥੀ B ਨਾਲੋਂ 5 ਅੰਕ ਵੱਧ ਪ੍ਰਾਪਤ ਕਰਦਾ ਹੈ ਜੀ ਉਹਨਾਂ ਦੇ ਕੋਲ ਪ੍ਰਾਪਤ ਅੰਕ 180 ਹਨ ਤਾਂ ਵਿਦਿਆਰਥੀ ਇਹਨੂੰ ਕਿੰਨੇ ਅੰਕ ਮਿਲੇ ਤੇ ਬੇਟਾ ਤਿੰਨ ਵਿਦਿਆਰਥੀ ਆ ਸਾਡੇ ਕੋਲੇ ਇਹਨੂੰ ਇਦਾਂ ਹੱਲ ਕਰਨਾ ਹੈ ਇਦਾਂ ਦੇ ਸਵਾਲ ਬੇਟਾ ਕਈ ਵਾਰੀ ਪਾਏ ਆ ਉਹਨੇ 2023 ਤੱਕ ਦੀਆਂ ਪ੍ਰੀਖਿਆਵਾਂ ਦੇ ਵਿੱਚ ਠੀਕ ਹੈ ਗੱਲ ਕੁਝ ਵੀ ਨਹੀਂ ਹੁੰਦੀ ਸਿਰਫ ਉਹ ਕਨਸੈਪਟ ਕਲੀਅਰ ਕਰਨਾ ਚਾਹੁੰਦਾ ਹੈ ਠੀਕ ਹੈ ਤਾਂ ਬੇਟਾ ਜੀ ਦੇ ਕੋਈ ਵੀ ਅੰਕ ਨਹੀਂ ਦੱਸੇ ਹੋਏ ਸਾਨੂੰ ਠੀਕ ਹੈ ਉਹਦੇ ਅੰਕਾਂ ਨੂੰ ਅਸੀਂ x ਮੰਨਾਂਗੇ ਕਿੰਦਾ ਵਿਦਿਆਰਥੀ a ਵਿਦਿਆਰਥੀ b ਨਾਲੋਂ 8 ਅੰਕ ਘੱਟ ਪ੍ਰਾਪਤ ਕਰਦਾ ਪਿਆ ਠੀਕ ਹੈ ਤਾਂ b ਦੇ ਬਾਰੇ ਕੁਝ ਨਹੀਂ ਦੱਸਿਆ ਵਿਦਿਆਰਥੀ c ਵਿਦਿਆਰਥੀ b ਨਾਲੋਂ 5 ਅੰਕ ਵੱਧ ਪ੍ਰਾਪਤ ਕਰਦਾ ਤਾਂ ਜੀ ਦੇ ਬਾਰੇ ਕੁਝ ਨਹੀਂ ਦੱਸਿਆ ਉਹਦੇ ਅੰਕਾਂ ਨੂੰ ਅਸੀਂ x ਮੰਨ ਲੈਣਾ ਠੀਕ ਹੈ ਬਸ ਹੁਣ ਆਪਣਾ ਸਵਾਲ ਬੜੀ ਆਸਾਨੀ ਨਾਲ ਨਿਕਲ ਜਾਣਾ ਬੇਟਾ ਤਾਂ ਕਿੰਦਾ ਵਿਦਿਆਰਥੀ ਇਹ ਵਿਦਿਆਰਥੀ ਬੀ ਨਾਲੋਂ 8 ਅੰਕ ਘੱਟ ਪ੍ਰਾਪਤ ਕਰਦਾ ਜੇ ਬੀ ਐਕਸ ਪ੍ਰਾਪਤ ਕਰਦਾ ਤਾਂ ਏ ਕਿੰਨੇ ਪ੍ਰਾਪਤ ਕਰਦਾ ਪਿਆ ਬੇਟਾ ਐਕਸ ਮਾਈਨਸ 8 ਠੀਕ ਹੈ ਬੇਟਾ ਤੇ ਵਿਦਿਆਰਥੀ ਸੀ ਵਿਦਿਆਰਥੀ ਬੀ ਨਾਲੋਂ 5 ਅੰਕ ਵੱਧ ਪ੍ਰਾਪਤ ਕਰਦਾ ਤਾਂ ਸੀ ਕਿੰਨੇ ਪ੍ਰਾਪਤ ਕਰੂਗਾ ਵਿਦਿਆਰਥੀ ਬੀ ਨਾਲੋਂ 5 ਅੰਕ ਵੱਧ ਪ੍ਰਾਪਤ ਕਰਦਾ ਪਿਆ ਠੀਕ ਹੈ ਬਸ ਬੇਟਾ ਜਦੋਂ ਆ ਚੀਜ਼ ਬਣ ਗਈ ਫਿਰ ਸਮਝ ਲਓ ਸਵਾਲ ਆਪਣਾ ਨਿਕਲ ਗਿਆ ਤਾਂ ਕਹਿੰਦਾ ਜੇ ਉਹਨਾਂ ਦੇ ਕੁੱਲ ਪ੍ਰਾਪਤਾਂਕ 180 ਆ a ਦਾ a ਦਾ ਤੇ ਇਹਦਾ ਜੋੜ ਕਿੰਨਾ ਆ 180 ਠੀਕ ਆ ਬੇਟਾ ਤਾਂ ਆਪਾਂ ਸੌਖਾ ਕੰਮ ਕਰ ਲੈਨੇ ਹੁਣ ax 8 x x 5 180 ਠੀਕ ਆ ਬੇਟਾ ਹੁਣ ਬੇਟਾ ਆ ਜਿਹੜੀਆਂ ਰਕਮਾਂ ਹੈਗੀਆਂ -8 ਤੇ +5 ਇਹ ਉਧਰ ਚਲੀਆਂ ਜਾਣਗੀਆਂ x x ਤੇ x ਤੇ nx 3x 180 8 ਆ 8 ਜਮਾ ਦੇ ਬਣ ਗਏ 5 ਤਾਂ ਬੇਟਾ 3x 183 ਬਣ ਗਏ 180 ਤੇ 88 188 ਤੇ -5 183 ਹੁਣ ਬੇਟਾ ਇਹ ਆਪਾਂ ਕੱਟ ਦਿੰਨੇ ਆ ਤਿੰਨ ਨੇ ਉਧਰ ਜਾ ਕੇ ਭਾਗ ਹੋ ਜਾਣਾ ਸੀ 3 6 ਕੇ 18 ਤੇ 3 1 3 ਤਾਂ ਠੀਕ ਹੈ ਉਹ ਕਹਿੰਦਾ ਵਿਦਿਆਰਥੀ A ਨੂੰ ਕਿੰਨੇ ਅੰਕ ਮਿਲੇ ਸਵਾਲ ਚ ਕੀ ਪੁੱਛਿਆ ਉਹਨੇ ਸਾਨੂੰ x ਦੀ ਕੀਮਤ ਤਾਂ A ਨੂੰ ਕਿੰਨੇ ਮਿਲੇ ਸੀ ਬੇਟਾ x 8 ਠੀਕ ਹੈ ਤਾਂ ਇੱਥੇ ਆਪਾਂ ਕੀਮਤ ਭਰ ਦਵਾਂਗੇ ਵਿਦਿਆਰਥੀ A ਨੂੰ ਕਿੰਨੇ ਅੰਕ ਮਿਲੇ x ਘਟਾਓ 86 ਘਟਾਓ 8 ਇਹ ਆ ਗਿਆ 53 ਅੰਕ ਤਾਂ ਉੱਤਰ ਕਿੰਨਾ ਆ ਗਿਆ ਬੇਟਾ ਸਾਡਾ 53 ਅੰਕ ਠੀਕ ਹੈ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਤਾਂ ਬੇਟਾ b ਬਣ ਦੂਜਾ ਆਨਸਰ ਦੇ ਵਿੱਚ 53 ਅੰਕ ਦਿੰਦਾ ਪਿਆ ਉਹ ਇਸ ਕਰਕੇ ਇਹ ਸਾਡਾ ਰਾਈਟ ਆਨਸਰ ਬਣਦਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਸਵਾਲ ਨੰਬਰ 51 ਤਾਂ ਅਗਲਾ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ